ਤੁਸੀਂ ਉਹਨਾਂ ਨੂੰ ਕਹੋਗੇ ਉਹ ਆਪਣੀਆਂ ਨੌਕਰੀਆਂ ਛੱਡ ਕੇ ਫ੍ਰੀ ਆਫ ਕਾਸਟ ਤੁਹਾਡੀ ਸਰਵਿਸ ਤੇ ਆ ਜਾਣਗੇ ਤੁਹਾਨੂੰ ਜ਼ਿਆਦਾ ਬੰਦੇ ਨਹੀਂ ਲੋੜ ਉਹ ਕਿਹੜੀਆਂ ਕੁੱਖਾਂ 'ਚੋਂ ਜਨਮ ਲੈ ਗਏ ਕਿ ਜਿਨ੍ਹਾਂ ਨੇ ਇਸ ਗੱਲ ਨੂੰ ਪਛਾਣਿਆ ਹੀ ਨਹੀਂ ਕਿ ਜਿਹੜੇ ਸ਼ਾਂਤੀਪੂਰਵਕ ਧਰਨਾ ਲਾ ਕੇ ਬੈਠੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਕੇ ਬੈਠੇ ਨੇ ਸ਼ਾਇਦ ਉਹਨਾਂ ਦੇ ਵੀ ਸਿਰ ਇਸ ਗੱਲ 'ਤੇ ਝੁਕਦੇ ਨੇ ਲੈਫਟੀਨੈਂਟ ਕਰਨਲ ਸਰਦਾਰ ਐਸ ਐਸ ਸੋਢੀ ਜੀ ਮਾਈਕ ਹੈ ਨਾ ਹੈਲੋ ਆ ਰਹੀ ਆਵਾਜ਼ ਹਾਂਜੀ ਹਾਂਜੀ ਠੀਕ ਹੈ ਮਿਹਰਬਾਨੀ ਸਪੀਕਰ ਸਾਹਿਬ ਪਹਿਲਾਂ ਤਾਂ ਮੈਂ ਪੰਥਕ ਅਸੈਂਬਲੀ ਦੇ ਜਿਹੜੇ ਔਰਗਨਾਈਜ਼ਰ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਕਾਫੀ ਵਿਚਾਰ ਸਾਂਝੇ ਹੋ ਚੁੱਕੇ ਹਨ ਅਤੇ ਮੈਂ ਸਿੱਧਾ ਪੁਆਇੰਟ 'ਤੇ ਹੀ ਗੱਲ ਕਰਾਂਗਾ ਕਿਉਂਕਿ ਮੈਂ ਆਰਮੀ 'ਚ ਰਿਹਾ ਔਰ ਹੁਣ ਮੈਂ ਕਾਰਪੋਰੇਟ 'ਚ ਕੰਮ ਕਰ ਰਿਹਾ ਅਤੇ ਖੁਦ ਵੀ ਮੈਨੇਜਮੈਂਟ ਦਾ ਸਟੂਡੈਂਟ ਹਾਂ ਅਤੇ ਸਟ੍ਰੈਟਜੀ 'ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਗੱਲ ਇੱਥੇ ਖੜਦੀ ਹੈ ਕਿ 1947 ਤੋਂ ਬਾਅਦ ਅਸੀਂ ਹਰ ਟਾਈਮ ਦੇ ਉੱਤੇ ਅਸੀਂ ਸਿੱਖ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ ਮੈਂ ਲਿਸਟ ਬਣਾਈ ਸੀ ਚਾਹੇ ਉਹ ਪੰਜਾਬੀ ਸੂਬਾ ਸੀਗਾ ਚਾਹੇ ਉਹ ਜਾਤਵਾਦ ਦੀ ਭਾਪਾ ਜੱਟ ਦੀ ਜੱਟ ਮਜ਼ਹਬੀ ਦੀ ਲੜਾਈ ਸੀਗੀ ਚਾਹੇ ਪਾਣੀਆਂ ਦਾ ਇਸ਼ੂ ਸੀਗਾ ਚਾਹੇ ਨਿਰੰਕਾਰੀਆਂ ਦਾ ਇਸ਼ੂ ਸੀਗਾ ਫਿਰ ਡੇਰਿਆਂ ਦਾ ਇਸ਼ੂ ਸੀਗਾ ਫਿਰ ਬਲੂ ਸਟਾਰ ਦਾ ਇਸ਼ੂ ਆ ਗਿਆ ਫਿਰ ਨਜ਼ਾਇਜ਼ ਨੌਜਵਾਨ ਮਾਰੇ ਗਏ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋ ਗਈ ਹਰ ਟਾਈਮ 'ਤੇ ਸਾਨੂੰ ਇੱਕ ਚੈਲੇਂਜ ਮਿਲਦਾ ਰਿਹਾ ਅਤੇ ਅਸੀਂ ਉਸ ਚੈਲੇਂਜ ਦੇ ਉੱਤੇ ਕੁਛ ਬੰਦੇ ਬੈਠ ਕੇ ਡਿਸਕਸ ਕਰਦੇ ਰਹੇ ਪਰ ਸਭ ਤੋਂ ਇੱਕ ਉਦਾਸੀ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਸਾਨੂੰ ਆਪਣਾ ਓਬਜੈਕਟਿਵ ਹੀ ਨਹੀਂ ਪਤਾ ਕਿ ਅਸੀਂ ਕਰਨਾ ਕੀ ਹੈ ਵੀ 1947 ਦੇ ਵਿੱਚ ਕੀ ਸਿੱਖ ਸਮਾਜ ਨੂੰ ਇਹ ਪਤਾ ਸੀ ਵੀ ਅਸੀਂ 50 ਸਾਲ ਬਾਅਦ ਅਸੀਂ ਕੀ ਚਾਹੁੰਦੇ ਹਾਂ ਅਸੀਂ ਆਪਣਾ ਵਰਖਰਾ ਮੁਲਕ ਚਾਹੁੰਦੇ ਹਾਂ ਅਸੀਂ ਆਪਣੀ ਪੂਰੀ ਆਬਾਦੀ ਨੂੰ ਪੜ੍ਹਾਉਣਾ ਚਾਹੁੰਦੇ ਹਾਂ ਅਸੀਂ ਪੂਰੇ ਸੰਸਾਰ ਜਾਂ ਪੂਰੇ ਹਿੰਦੁਸਤਾਨ 'ਚ ਗੁਰੂ ਨਾਨਕ ਦਾ ਸੁਨੇਹਾ ਲੈ ਕੇ ਜਾਣਾ ਚਾਹੁੰਦੇ ਹਾਂ ਸਾਡਾ ਓਬਜੈਕਟਿਵ ਕੀ ਹੈ ਲੜਾਈ ਕਿੱਥੇ ਲੜੀ ਜਾਏ ਗੱਲ ਅੱਜ ਵੀ ਇੱਥੇ ਖੜੀ ਹੈ ਪਾਰਟੀਆਂ ਭਾਵੇਂ 4 ਬਣ ਜਾਣ 5 ਬਣ ਜਾਣ ਕੋਈ ਫਰਕ ਨਹੀਂ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਜਿਵੇਂ ਸਿੰਘ ਸਭਾ ਮੂਵਮੈਂਟ ਦਾ ਉਪਰਾਲਾ ਹੋਇਆ ਸੀਗਾ ਜਿਹੜੇ ਸਿੰਘ ਸਭਾ ਦੇ ਪ੍ਰਮੁੱਖੀ ਸੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਚੇਕ ਦਿੱਤਾ ਗਿਆ ਸੀ ਅਤੇ ਮੇਰੇ ਖਿਆਲ 1991 ਕਿ 99 'ਚ ਉਹਨਾਂ ਨੂੰ ਵਾਪਸ ਲਿਆ ਗਿਆ ਜਦ ਤੱਕ ਉਹਨਾਂ ਦਾ ਸ਼ਹੀਦੀ ਹੋ ਚੁੱਕੀ ਸੀਗੀ ਸੋ ਪਹਿਲੀ ਮੇਰੀ ਸੁਝਾਅ ਇਸ ਹਾਊਸ ਨੂੰ ਹੈ ਕਿ ਅਸੀਂ ਇਸ ਪਾਸੇ ਵੱਲ ਜਾਈਏ ਕਿ ਸਾਡੀ 25 ਸਾਲ ਬਾਅਦ ਜਾਂ 50 ਸਾਲ ਵਾਸਤੇ ਅਸੀਂ ਕੀ ਟੀਚਾ ਕੀ ਲੱਭਦੇ ਹਾਂ ਕਈ ਬਾਦਲ ਆਉਣਗੇ ਕਈ ਬਾਦਲ ਜਾਣਗੇ ਕਈ ਅਬਦਾਲੀ ਆਏ ਔਰੰਗਜ਼ੇਬ ਆਏ ਇੰਦਰਾ ਗਾਂਧੀ ਆਈ ਇਹ ਆਉਂਦੇ ਜਾਂਦੇ ਰਹਿਣਗੇ ਅਤੇ ਪ੍ਰੋਬਲਮਸ ਰਹਿਣਗੀਆਂ ਜੇ ਤੁਹਾਡਾ ਆਪਣਾ ਦੇਸ਼ ਵੀ ਬਣ ਜਾਏਗਾ ਤਾਂ ਬਾਹਰਲੇ ਦੇਸ਼ ਆਪਣੀਆਂ ਏਜੰਸੀਆਂ ਭੇਜ ਕੇ ਦੇਸ਼ ਨੂੰ ਡਿਸਟਰਬ ਕਰਨਗੇ ਸੋ ਸਾਡੇ ਕੋਲ ਕੋਈ ਕੰਕਰੀਟ ਓਬਜੈਕਟਿਵ ਨਹੀਂ ਹੈ ਹਾਲੇ ਤੱਕ ਇੱਕ ਓਬਜੈਕਟਿਵ ਮਿੱਥੋ ਕਿ ਅਸੀਂ ਆਪਣੀ ਪੂਰੀ ਪਨੀਰੀ ਨੂੰ ਐਜੂਕੇਟ ਕਰਨਾ ਤੁਸੀਂ ਓਬਜੈਕਟਿਵ ਮਿੱਥੋ ਅਸੀਂ ਹਿੰਦੁਸਤਾਨ 'ਤੇ ਰਾਜ ਕਰਨਾ ਰਾਜ ਹੋਏਗਾ ਜੇ 2% ਬ੍ਰਾਹਮਣ ਪੂਰੇ ਹਿੰਦੂ ਜਗਤ ਨੂੰ ਹਿੰਦੂਤਵ ਦਾ ਚਿਹਰਾ ਪਹਿਨਾ ਸਕਦਾ ਜਦਕਿ ਇੰਟਰਨਲ ਪ੍ਰੋਬਲਮ ਦੇਖੋ ਮੈਂ ਪੂਰਾ ਦੇਸ਼ ਘੁੰਮਿਆ ਵਰਲਡ ਘੁੰਮਿਆ ਇਸ ਦੇਸ਼ ਦੇ ਵਿੱਚ ਮਦਰਾਸੀ ਹਿੰਦੂ ਅਤੇ ਯੂਪੀ ਹਿੰਦੂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਕਸ਼ਮੀਰੀ ਹਿੰਦੂ ਪੰਡਿਤ ਦੇ ਵਿੱਚ ਅਸਾਮੀ ਹਿੰਦੂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਲੇਕਿਨ 2% ਬ੍ਰਾਹਮਣ ਨੇ ਹਿੰਦੂਤਵ ਦਾ ਇੱਕ ਨਰੇਟਿਵ ਬਣਾਤਾ ਔਰ ਅਸੀਂ 47 ਤੋਂ ਲੈ ਕੇ ਨਿਰੰਕਾਰੀ ਕੱਢਤੇ ਰਾਧਾ ਸੁਆਮੀ ਕੱਢਤੇ ਨਾਮ ਧਰੀਏ ਕੱਢਤੇ ਫਿਰ ਸਰਸੇ ਵਾਲੇ ਕੱਢਤੇ ਇਹ ਕੱਢੇ ਨਹੀਂ ਗਏ ਉਹ ਸਾਨੂੰ ਟਰੈਪ 'ਚ ਲੈ ਰਿਹਾ ਸਾਡਾ ਦੁਸ਼ਮਣ ਅਤੇ ਅਸੀਂ ਉਸਦੀ ਟਰੈਪ 'ਚ ਆ ਰਹੇ ਹਾਂ ਔਰ ਆਪਣੇ ਆਪ ਨੂੰ ਛੋਟਾ ਕਰੀ ਜਾ ਰਹੇ ਸੋ ਅਸੀਂ ਉਹਦੀ ਟਰੈਪ 'ਚ ਨਾ ਆਈਏ ਇਹਦੀ ਕੀ ਸਟ੍ਰੈਟਜੀ ਹੈ ਜਿਵੇਂ ਕਈ ਬੁਲਾਰਿਆਂ ਨੇ ਕਿਹਾ ਕਿ ਉਹ ਸਾਨੂੰ ਇੰਗੇਜ ਕਰ ਰਹੇ ਨੇ ਔਰ ਅਸੀਂ ਇੰਗੇਜ ਹੋ ਰਹੇ ਹਾਂ ਸਾਨੂੰ ਖਿਡਾ ਰਹੇ ਅਸੀਂ ਖੇਡ ਰਹੇ ਹਾਂ ਸੋ ਸਾਡੀ ਸਟ੍ਰੈਟਜੀ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਸਾਰਿਆਂ ਨੂੰ ਕਿਵੇਂ ਬਰੋਡਰ ਲੈਵਲ 'ਤੇ ਲੈ ਸਕਦੇ ਹਾਂ ਅਸੀਂ ਇੱਕ ਓਬਜੈਕਟਿਵ ਕਾਮਨ ਓਬਜੈਕਟਿਵ ਨਾਲ ਅਸੀਂ ਕਿਵੇਂ ਕੌਮ ਨੂੰ ਇੱਕ ਦਿਸ਼ਾ ਦੇ ਸਕਦੇ ਹਾਂ ਜਦੋਂ ਹਰ ਕੌਮ ਦੇ ਇਨਸਾਨ ਦੀ ਇੱਕ ਦਿਸ਼ਾ ਮਿਲ ਜਾਂਦੀ ਹੈ ਉਹ ਕਿਸੇ ਵੀ ਧੜੇ 'ਚ ਹੋਏਗਾ ਕਿਸੇ ਦੇਸ਼ 'ਚ ਹੋਏਗਾ ਕਿਸੇ ਸਟੇਟ 'ਚ ਹੋਏਗਾ
वह उस दिशा वाली काम करेगा। जे कौम ने मिथ लिया कि असी पूरी पनीरी 40 साल दे विच तैयार पढ़ाई लिखाई तैयार कर देनी है, बस यही एक 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 टीचा होए साडा। सो या असी कह दिए असी पूरे देश दे विच गुरु नानक की बाणी का प्रचार करना है। अज भी इस देश दे विच 50% आबादी जिहड़ी है वह इक्वैलिटी दे नहीं खड़ी, वह पिछोड़क तोड़ते है। असी उन्हूं अपने नाल जोड़ सकते हैं, पर असी तो अपने आप नूं हाई कास्ट लो कास्ट विच ही जोड़ लिया। सो इस गल ते एक डिबेट होवे। दूसरी गल, जिथे तक बेदबी की गल हुण आउंदी है, इहनूं भी असी पासे नहीं कर सकते क्योंकि बेदबी हुई है, साडी अणख वगारी गई है। सो इहदी वास्ते भी सानूं दो तरह की स्ट्रैटेजी अपनानी पेगी कि साडी एमरजेंसी शॉर्ट टर्म रिस्पोंस की है और साडी लोंग टर्म रिस्पोंस की है। सो असी उहदे ते भी कम करिए क्योंकि शॉर्ट टर्म रिस्पोंस जिहड़ी है वह एमरजेंसी रिस्पोंस हुंदी है, क्योंकि उहदे नाल जिहड़ा एक मोरैल है कौम का वह टुटिया होया भी की होएगा। साडे गुरु ग्रंथ साहिब के अंग खिलारे जा रहे हैं और वारी वारी खिलारे जा रहे हैं, और जिन्हां ने गोलियां चलाईया इंसीडेंटली वह सारे सिखी ने, चाहे बादल है चाहे सुखबीर है जिन्हां दे ऑर्डर ते होई, या पुलिस ऑफिसर सुमेर सिंह सैनी है, या परमराज सिंह उमरा नंगल है, या थले पुलिस वाले सी, सारे साडी इस धरती तो ही आए हुए ने। वह किहड़ियां कुखां चों जन्म लै गए कि जिन्हां ने इस गल नूं पछाणिया ही नहीं कि जिहड़े शांतिपूर्वक धरना ला के बैठे ने वह गुरु ग्रंथ साहिब की बेदबी करके बैठे ने, शायद उन्हां दे भी सिर इस गल ते झुकदे ने। सो असी इस तरह के गदार या कह लो या इस तरह की असी डिफरेंस क्यों क्रिएट कर लिया समाज के विच कि साड़ी अपनी पुलिस फोर्स, साड़ी अपनी ब्यूरोक्रेसी साडे अपने ते जुल्म करन लग गई, साडे च की कमी रह गई। सो इन्हां चीज़ां वल असी डीपर लैवल ते एनालाइज करिए और असी अपनी स्ट्रैटेजी नूं डिवेलप करिए, ते उस तो इलावा असी लोंग टर्म अपने ऑब्जेक्टिव बनाइए कि असी किवें गुरु ग्रंथ साहिब दे नाल सारयां नूं किवें जोड़ लैणा। ये साड़ी एक मीटिंग अज हिस्टोरिकल होनी चाहिए है जड़ा साडा आने वाला भविख बदल दे। तुसी पंथक असैम्बली नूं जामा दिओ, इहदा सैक्रटेरिएट खड़ा करो, और इस तरह के बड़े पढ़े लिखे विद्वान ने, पढ़े लिखे ऑफिसर ने, मैं परसनली उन्हां नूं जाणदा, तुसी उन्हां नूं कहोगे ओह अपनियां नौकरियां छड के फ्री ऑफ कॉस्ट तुहाडी सर्विस ते आ जाणगे, तुहानूं ज़्यादा बंदे नहीं लोड़। मैं उन्हां दी गल छड के अपनी भी नाल करदा, मेरी 10 साल सर्विस बाकी है, मैं सीनियर लैवल ते हाँ, ਤੁਸੀਂ ਸਿਸਟਮੈਟਿਕ ਸੈਕਟਰੀਏਟ ਖੋਲੋਗੇ ਅਸੀਂ ਨੌਕਰੀਆਂ ਛੱਡ ਕੇ ਇੱਥੇ ਆ ਜਾਵਾਂਗੇ। ਬਹੁਤ ਧੰਨਵਾਦ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿ। ਮੈਂ ਕਿਉਂਕਿ ਸਮਾਂ ਆਪਣੀ ਚਾਲੇ ਚੱਲ ਰਿਹਾ, ਬਹੁਤ ਸਿਆਣੇ ਸਿਆਣੇ ਸੱਜਣ ਬੈਠੇ ਸੀ, ਮੈਂ ਕੋਸ਼ਿਸ਼ ਕਰਦਾ ਰਿਹਾ ਵੀ ਕੱਲ੍ਹ ਨੂੰ ਵੀ ਜਿਸ ਲੈਵਲ ਦੀ ਅੱਜ ਡਿਸਕਸ਼ਨ ਹੋਈ ਹੈ ਉਸੇ ਲੈਵਲ ਦੀ ਡਿਸਕਸ਼ਨ ਰਹੇ, ਉਹਨਾਂ ਨੂੰ ਹੋਲਡ ਰੱਖਿਆ ਮੈਂ, ਕਿਉਂਕਿ ਜੇ ਦਿਵਾਲੀ ਤੋਂ ਪਹਿਲਾਂ ਹੀ ਸਾਰੇ ਪਟਾਕੇ ਚਲਾ ਲਈਏ ਤਾਂ ਦਿਵਾਲੀ ਵਾਲੇ ਦਿਨ ਫਿਰ ਨਮੋਸ਼ੀ ਦਾ ਝਾਲਾ ਚੱਲਣਾ ਪੈਂਦਾ। ਕੱਲ੍ਹ ਨੂੰ ਆਪਾਂ ਸਰਦਾਰ ਬੀਰ ਦਵਿੰਦਰ ਸੋਹਣਾ ਦੇ ਕਹਿਣ ਮੁਤਾਬਕ ਜੋ ਰਿੜਕਿਆ ਉਹਦਾ ਮੱਖਣ ਕੱਢਣਾ, ਅਤੇ ਕੱਲ੍ਹ ਨੂੰ ਵਿਦਵਤਾ ਭਰਪੂਰ ਕੁਝ ਸੱਜਣਾਂ ਨੂੰ ਹੋਲਡ ਕੀਤਾ ਗਿਆ, ਇਸੇ ਕਰਕੇ ਆਪਾਂ ਕਰਾਂਗੇ। ਹੁਣ ਲਾਸਟ ਵਿੱਚ ਸਰਦਾਰ ਮਨਧੀਰ ਸਿੰਘ ਜੀ ਜਿਹੜੇ ਨੌਜਵਾਨਾਂ ਦੀ ਅਗਵਾਈ ਕਰਦੇ ਨੇ ਔਰ ਬਹੁਤ ਜ਼ਿਆਦਾ ਪੰਥ ਦਰਦ ਰੱਖਣ ਵਾਲੇ ਕੁਰਬਾਨੀ ਵਾਲੇ ਸਿੰਘ ਨੇ, ਉਹ ਆਪਣੇ ਵਿਚਾਰ ਦੇਣਗੇ ਤੇ ਉਸ ਤੋਂ ਬਾਅਦ ਆਪਾਂ ਮਤੇ ਤੇ ਚਰਚਾ ਕਰਾਂਗੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।